ਪਹਿਲਾਂ ਤਾਂ ਭਾਈ ਸਾਹਿਬ ਜੀ ਤੁਹਾਡਾ ਨਿਊਜ਼ੀਲੈਂਡ ਦੇ ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ ਅਤੇ ਜੀ ਆਇਆਂ ਨੂੰ। ਅਤੇ ਸਭ ਤੋਂ ਪਹਿਲਾਂ ਤੁਸੀਂ ਇਹ ਦੱਸੋ ਕਿ ਨਿਊਜ਼ੀਲੈਂਡ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ? ਜਿੱਥੇ ਗੁਰਸਿੱਖ ਵੱਸਦੇ ਨੇ ਉਹ ਅੱਛਾ ਹੀ ਲੱਗਦਾ, ਬਹੁਤ ਅੱਛਾ ਹੈ। ਹਾਂਜੀ, ਸੰਗਤਾਂ ਦਾ ਪਿਆਰ ਮਿਲਦਾ, ਹਰ ਰੋਜ਼ ਮਿਲ ਰਿਹਾ। ਹਾਂਜੀ, ਗੁਰੂ ਸਾਹਿਬ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਖੁਸ਼ੀਆਂ ਦੇਣ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ। ਅਤੇ ਦੂਸਰਾ ਸਵਾਲ ਮੇਰਾ ਇਹ ਸੀ ਕਿ ਤੁਹਾਡੇ ਨਾਮ ਦੇ ਨਾਲ ਜੋਧਪੁਰੀ ਕਿਵੇਂ ਪਿਆ? ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ IT4 ਦੇ ਵਿੱਚ, ਉਦੋਂ ਮੈਂ ਔਨ ਡਿਊਟੀ ਸੀ ਦਰਬਾਰ ਸਾਹਿਬ। ਉਦੋਂ ਫਿਰ ਅਸੀਂ 2 ਦਿਨ ਅਸੀਂ ਉੱਥੇ ਅੰਦਰ ਸੇਵਾ ਕਰਦੇ ਰਹੇ ਹਰਿਮੰਦਰ ਸਾਹਿਬ। 6 ਤਰੀਕ ਨੂੰ ਫੜ ਕੇ ਅਤੇ ਕੈਂਪਾਂ 'ਚ ਲੈ ਗਏ, ਆਰਮੀ ਦੇ ਕੈਂਪਾਂ 'ਚ। ਉੱਥੋਂ ਫਿਰ ਅਜਮੇਰ ਜੇਲ੍ਹ 'ਚ 7.5 ਮਹੀਨੇ ਨਾਲ ਨਜ਼ਰਬੰਦ ਰੱਖਿਆ। ਉਸ ਤੋਂ ਬਾਅਦ 2 ਮਹੀਨੇ ਫਿਰ ਅੰਮ੍ਰਿਤਸਰ ਦੀ ਜੇਲ੍ਹ 'ਚ ਲੈ ਗਏ। ਉਸ ਤੋਂ ਬਾਅਦ 4 ਸਾਲ ਫਿਰ ਜੋਧਪੁਰ ਦੀ ਜੇਲ੍ਹ 'ਚ ਰਿਹਾ। ਜਦੋਂ ਮੈਂ ਰਿਹਾ ਹੋ ਗਿਆ ਤਾਂ ਸਾਡੇ ਇੰਚਾਰਜ ਕਹਿੰਦੇ ਵੀ ਆਪਣੇ ਨਾਲ ਜੋਧਪੁਰੀ ਲਾ ਲਓ, ਮੈਂ ਹਿਲਾ ਦਿਓ। ਇਸ ਕਰਕੇ ਮੈਨੂੰ ਜੋਧਪੁਰੀ ਕਹਿੰਦੇ ਕਿ 4 ਸਾਲ ਮੈਂ ਜੇਲ੍ਹ ਦੇ ਵਿੱਚ ਕੀਤਾ। ਅਤੇ ਉਸੇ ਨਾਲ ਗੱਲ ਮੈਂ ਅੱਗੇ ਤੋਰੂੰਗਾ ਕਿ ਜੋ ਪਹਿਲਾਂ ਸਿੱਖ ਸੰਘਰਸ਼ ਚੱਲ ਰਿਹਾ ਸੀ ਅਤੇ ਅੱਜ ਦਾ ਜੋ ਮਾਹੌਲ ਹੈ, ਜੋ ਪੰਜਾਬ ਦੇ ਵਿੱਚ ਤੁਸੀਂ ਆਪਣੇ ਕਥਾ ਵਿੱਚ ਵੀ ਜ਼ਿਕਰ ਕੀਤਾ ਕਿ ਉੱਥੇ ਅੱਜ ਕੱਲ੍ਹ ਜੋ ਹੈ ਪਤਿਤਪੁਣਾ ਜਾਂ ਡੇਰੇਵਾਦ ਬਹੁਤ ਜ਼ਿਆਦਾ ਪਣਪ ਚੁੱਕਿਆ ਹੈ, ਅਤੇ ਤੁਸੀਂ ਕੀ ਸੋਚਦੇ ਹੋ ਕਿ ਉਹ ਜੋ ਵਿਥਿਤ ਇੱਕ ਮੜੀ ਆ ਗਈ ਹੈ ਉਸ ਸੰਘਰਸ਼ ਦੇ ਦੌਰਾਨ ਅਤੇ ਅੱਜ ਦੇ ਵਿੱਚ, ਉਹਦਾ ਕਾਰਨ ਕੀ ਸਮਝਦੇ ਹੋ? ਕਾਰਨ ਸਾਰੀ ਬੇਰੁਜ਼ਗਾਰੀ ਹੈ, ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਪੜ੍ਹਾਈ ਕਾਫੀ ਕਰ ਗਏ ਨੇ ਨੌਜਵਾਨ, ਐਜੂਕੇਸ਼ਨ ਅੱਛੀ ਲੈ ਲਈ ਹੈ ਪਰ ਉਸ ਮੁਤਾਬਕ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਜਿਸ ਕਰਕੇ ਉਹ ਇਹ ਨਹੀਂ ਵੀ ਕੋਈ ਆਮ ਜਿਹੜੇ ਨੌਜਵਾਨ ਜਿਨ੍ਹਾਂ ਨੇ ਐਜੂਕੇਸ਼ਨ ਕੀਤੀ ਉਹਨੇ, ਵੱਡੇ ਵੱਡੇ ਅਫਸਰਾਂ ਦੇ ਬੱਚੇ ਜਿਹੜੇ ਉਹ ਵੀ ਨਸ਼ੇ ਵੱਲ ਚਲੇ ਗਏ ਨੇ। ਅਤੇ ਉਹ ਨਸ਼ਾ ਜਿਹੜਾ ਵਾ ਅੱਗੇ ਬੁਲਟ ਨਾ ਮਾਰੇ, ਹੁਣ ਨਸ਼ੇ ਨਾ ਮਾਰਨ ਦੇ ਗੱਲ ਤਾਂ ਉੱਥੇ ਹੀ ਆ। ਗੱਲ ਤਾਂ ਸਿੱਖੀ ਦੀ ਹੁੰਦੀ ਆ ਵੀ ਸਿੱਖੀ ਨੂੰ ਕਿਸ ਤਰ੍ਹਾਂ ਖਤਮ ਕਰਨਾ। ਉਹ ਕਹਿੰਦੇ ਅਸੀਂ ਆਪਣੇ ਉੱਪਰ ਇਲਜ਼ਾਮ ਨੂੰ ਲੈਣਾ, ਇਹਨੂੰ ਚੰਗੇ ਨਾਲ ਸਾਰਿਆਂ ਨੂੰ ਨਸ਼ਾ ਹੀ ਲਾ ਦਿਓ, ਇਹ ਮੇਨ ਕਾਰਨ ਹੈ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਉੱਥੇ ਜੋ ਧਾਰਮਿਕ ਸੰਸਥਾਵਾਂ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਹੋਰ ਵੱਖ ਵੱਖ ਸੰਸਥਾਵਾਂ ਜੋ ਆਪਣੇ ਆਪਣੇ ਇਲਾਕਿਆਂ 'ਚ ਕੰਮ ਕਰਦੀਆਂ ਹਨ, ਕੀ ਉਹ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ? ਦੇਖੋ ਜੀ, ਯੋਗਦਾਨ ਜੋ ਪਾਉਣਾ ਚਾਹੀਦਾ ਉਹ ਨਹੀਂ ਪੈ ਰਿਹਾ। ਅਸੀਂ ਤਾਂ ਬੇਨਤੀ ਕਰ ਸਕਦੇ ਇਹਨਾਂ ਨੂੰ ਵੀ ਜਿਹੜੇ ਗੁਰਸਿੱਖ ਗੁਰੂ ਘਰ 'ਚ ਗੋਲਖਾਂ 'ਚ ਧਰਮ ਕਾਰਜਾਂ ਵਾਸਤੇ ਮਾਇਆ ਜਿਹੜੀ ਪਾਉਂਦੇ ਨੇ ਧਰਮ ਕਾਰਜਾਂ ਵਾਸਤੇ, ਉਹ ਖਰਚੀ ਜਾਣੀ ਚਾਹੀਦੀ ਹੈ, ਨਾ ਕਿ ਉਹ ਬੈਂਕਾਂ 'ਚ ਜਮ੍ਹਾਂ ਕਰਨੀ ਚਾਹੀਦੀ। ਉਹ ਨੌਜਵਾਨਾਂ ਵਾਸਤੇ ਅੱਛੇ ਅੱਛੇ ਰੁਜ਼ਗਾਰ ਬਣਾਏ ਜਾਣ, ਅਤੇ ਨੌਜਵਾਨ ਕਦੇ ਵੀ ਨਸ਼ੇ ਵਾਲੇ ਪਾਸੇ ਨਹੀਂ ਜਾਣਗੇ, ਕਦੇ ਪਤਤ ਪੁਣੇ ਵਾਲੇ ਪਾਸੇ ਨਹੀਂ ਜਾਣਗੇ। ਦੂਸਰੀ ਗੱਲ ਇਹ ਵੀ ਜਿਹੜਾ ਮੇਨ ਮਾਵਾਂ ਦਾ ਸਹਿਯੋਗ ਬਣਦਾ ਬੱਚਿਆਂ ਨੂੰ ਸਿੱਖਿਆ ਦੇਣ ਦਾ, ਬਿਠਾ ਕੇ ਕੋਲ ਵੀ ਸਾਡਾ ਵਿਰਸਾ ਕੀ ਹੈ, ਸਾਡਾ ਸਾਡੀ ਸੱਭਿਅਤਾ ਕੀ ਹੈ, ਸਾਡੇ ਵੱਡੇ ਵਡੇਰਿਆਂ ਨੇ ਸਾਡੇ ਵਾਸਤੇ ਕੀ ਕੀਤਾ, ਉਹ ਨਹੀਂ ਕਰ ਰਿਹਾ। ਕਸੂਰ ਅਸੀਂ ਮਾਂ ਦਾ ਹੀ ਕਹਿੰਦਾ ਅਖੀਰ 'ਤੇ। ਅਤੇ ਤੁਸੀਂ ਸੋਚ ਰਹੇ ਹੋ ਕਿ ਸਿਰਫ ਧਾਰਮਿਕ ਸੰਸਥਾਵਾਂ ਆਪਣਾ ਯੋਗਦਾਨ ਪਾ ਕੇ ਸਿੱਖੀ ਦੇ ਵਿੱਚ ਪਰਪੱਕ ਨਹੀਂ ਕਰ ਸਕਦੀਆਂ, ਇਸ 'ਚ ਸੰਗਤ ਦਾ ਵੀ ਯੋਗਦਾਨ ਜ਼ਰੂਰੀ ਹੈ? ਸੰਗਤ ਦਾ ਵੀ ਘਰ ਦੇ ਵਿੱਚ ਜ਼ਰੂਰੀ ਹੈ ਵੀ ਮਾਂ ਜਿਹੜੀ ਉਹ ਵੀ ਸਿੱਖਿਆ ਦੇਵੇ ਬੱਚਿਆਂ ਨੂੰ। ਜਦੋਂ ਬੱਚਾ ਗੋਦੀ 'ਚ ਖੇਡਦਾ ਹੈ ਉਦੋਂ ਤੋਂ ਸ਼ੁਰੂ ਕੀਤਾ ਜਾਵੇ ਤਾਂ ਬੱਚਾ ਆਸੇ ਪਾਸੇ ਜਾਂਦਾ ਨਹੀਂ, ਅਤੇ ਮਾਵਾਂ ਕੋਲ ਅੱਜ ਕੱਲ੍ਹ ਟਾਈਮ ਨਹੀਂ ਹੈਗਾ। ਮਾਵਾਂ ਨੂੰ ਕਹਿੰਦੇ ਅਸੀਂ TV ਨੂੰ ਛੱਡੀਏ ਨਾ। ਭਾਈ ਸਾਹਿਬ, ਤੁਸੀਂ ਮੇਰੇ ਖਿਆਲ ਨਾਲ ਵਿਸ਼ਵ ਦੇ ਕੋਨੇ ਕੋਨੇ ਦੇ ਵਿੱਚ ਵੱਖ ਵੱਖ ਦੇਸ਼ਾਂ ਦੇ ਵਿੱਚ ਸੰਗਤਾਂ ਦੀ ਸੇਵਾ ਲਈ ਗਏ ਹੋ, ਅਤੇ ਤੁਹਾਨੂੰ ਕੀ ਤੁਹਾਡਾ ਕੀ ਖਿਆਲ ਹੈ ਕਿ ਜੋ ਸਿੱਖੀ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਸ ਵੇਲੇ ਚੱਲ ਸਿੱਖੀ ਦਾ ਜੋ ਰੁਤਬਾ ਹੈ ਜਾਂ ਲੋਕਾਂ ਦੇ ਵਿੱਚ ਪਰਪੱਕਤਾ ਨਹੀਂ ਰਹੀ, ਅਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਜਾਂਦੇ ਹੋ, ਉਹ ਤੁਹਾਨੂੰ ਕੀ ਫਰਕ ਲੱਗਦਾ ਹੈ? ਫਰਕ ਤਾਂ ਦੇਖੋ ਜੀ, ਇੰਡੀਆ ਦਾ ਅਤੇ ਬਾਕੀ ਦੇਸ਼ਾਂ ਦਾ ਇਹ ਫਰਕ, ਬਾਹਰਲੇ ਦੇਸ਼ਾਂ 'ਚ ਸਿੱਖੀ ਜ਼ਿਆਦਾ ਚਲੀ ਗਈ ਹੈ ਅਤੇ ਇੰਡੀਆ ਦੇ ਵਿੱਚ ਉਹ ਗੱਲ ਨਹੀਂ ਰਹੀ ਹੈ। ਬਾਹਰ ਜਦੋਂ ਅਸੀਂ ਜਾਂਦੇ ਹਾਂ, ਕੈਨੇਡਾ, ਅਮੈਰੀਕਾ, ਐਨੀਵਨ ਕਿਸੇ ਵੀ ਕੰਟਰੀ 'ਚ ਜਾਂਦੇ ਹਾਂ, ਵੇਖਦੇ ਹਾਂ ਬੜੇ ਗੁਰਸਿੱਖ ਮਿਲਦੇ ਨੇ ਜਿਹੜੇ ਨਾਮ ਬਾਣੀ ਦੇ ਨਾਲ ਰੰਗੇ ਹੋਏ ਨੇ, ਜਾਂ ਦੂਰ ਜਾ ਕੇ ਉਹਨਾਂ ਦੀ ਪ੍ਰੀਤ ਜ਼ਿਆਦਾ ਬਣ ਗਈ, ਨੇੜੇ ਰਹਿ ਕੇ ਜਿਹੜੇ ਨੇੜੇ ਰਹਿੰਦੇ ਨੇ ਉਹਨਾਂ ਦਾ ਡਰ ਘੱਟ ਗਿਆ। ਅਤੇ ਤੁਸੀਂ ਨਿਊਜ਼ੀਲੈਂਡ ਵਾਸੀਆਂ ਦੇ ਨਾਮ ਕੋਈ ਸੰਦੇਸ਼ ਦੇਣਾ ਚਾਹੋ? ਮੈਂ ਤਾਂ ਇਹੋ ਕਹਾਂ ਵੀ ਗੁਰੂ ਘਰ ਦੇ ਨਾਲ ਜਿੰਨਾ ਜੁੜਿਆ ਜਾਵੇ ਜੁੜਨਾ ਚਾਹੀਦਾ ਹੈ, ਵੱਧ ਤੋਂ ਵੱਧ ਗੁਰੂ ਘਰ ਆਣ ਕੇ ਸੇਵਾ ਕਰਨੀ ਚਾਹੀਦੀ ਹੈ, ਗੁਰੂ ਮਹਾਰਾਜ ਦਾ ਨਾਮ ਜੋ ਭਜਨ ਬੰਦਗੀ ਉਹ ਕਰਨੀ ਚਾਹੀਦੀ ਹੈ। ਕੋਈ ਬੰਦਿਸ਼ ਨਹੀਂ ਹੈ,
ਜਿਤਨਾ ਵੀ ਸਮਾਂ ਮਿਲੇ ਜਿਤਨਾ ਵੀ ਕਾਰੋਬਾਰ ਵੀ ਉਹ ਵੀ ਜ਼ਰੂਰੀ ਨੇ ਇਹਨਾਂ ਦੇਸ਼ਾਂ ਦੇ ਵਿੱਚ, ਉਹਨਾਂ ਤੋਂ ਬਗੈਰ ਗੁਰੂ ਘਰ ਦੇ ਨਾਲ ਜੁੜਿਆ ਜਾਵੇ। ਅਤੇ ਜੋ ਤੁਸੀਂ ਵੱਖ ਵੱਖ ਦੇਸ਼ਾਂ ਦੇ ਵਿੱਚ ਦੇਖਦੇ ਹੋ ਕਿ ਅਲੱਗ ਅਲੱਗ ਸੰਸਥਾਵਾਂ ਆਪਣੇ ਤਰੀਕੇ ਨਾਲ ਧਾਰਮਿਕ ਸੰਸਥਾਨ ਗੁਰਦੁਆਰੇ ਚਲਾ ਰਹੇ ਹਨ, ਉਹਨਾਂ ਦੀ ਕੋਈ ਪ੍ਰਬੰਧਕ ਕਮੇਟੀਆਂ ਲਈ ਸੁਣਿਆ ਤੁਹਾਡਾ? ਮੇਨ ਤਾਂ ਇਹੋ ਹੀ ਆ ਵੀ ਜਿਹੜੇ ਪ੍ਰਚਾਰਕ ਅੱਛੇ ਅੱਛੇ ਬੁਲਾਏ ਜਾਣ ਦੇਸ਼ ਤੋਂ, ਇੰਡੀਆ ਤੋਂ ਅੱਛੇ ਪ੍ਰਚਾਰਕ ਬੁਲਾਏ ਜਾਣ ਜਿਨ੍ਹਾਂ ਬਾਰੇ ਗੁਰੂ ਸਾਹਿਬਾਂ ਨੇ ਉਹਨਾਂ 'ਤੇ ਬਖਸ਼ਿਸ਼ ਕੀਤੀ ਹੈ, ਉਹਨਾਂ ਨੂੰ ਸੁਣਨ ਨੂੰ ਸੰਗਤ ਤਰਸਦੀ ਹੈ, ਉਹਨਾਂ ਵਾਸਤੇ ਉਪਰਾਲੇ ਕੀਤੇ ਜਾਣ। ਇੱਥੋਂ ਦੀ ਜਿਹੜੀ ਗੁਰੂ ਘਰ ਦੀ ਕਮੇਟੀ ਮੈਂ ਪਹਿਲੀ ਵਾਰ ਦੇਖ ਰਿਹਾ ਨਿਊਜ਼ੀਲੈਂਡ ਦੀ, ਵੀ ਜਿਹਨੇ ਖਰਚਾ ਕਰਕੇ ਆਪਣੇ ਖਰਚੇ 'ਤੇ ਉੱਥੋਂ ਪ੍ਰਚਾਰਕ ਬੁਲਾਏ ਨੇ ਅਤੇ ਬੁਲਾ ਰਹੀ ਹੈ, ਇਹ ਬੜਾ ਵੱਡਾ ਸਹਿਯੋਗ। ਮੈਨੂੰ ਇੱਕ ਹੋਰ ਇੱਥੋਂ ਦੀ ਪ੍ਰਬੰਧਕ ਕਮੇਟੀ ਜਿਹੜੀ ਗੱਲ ਮਿਲੀ ਹੈ ਕਿ ਸਾਰੇ ਸੇਵਾ ਦੇ ਤੌਰ 'ਤੇ ਹਨ, ਕੋਈ ਇਹ ਨਹੀਂ ਕਹਿੰਦਾ ਕਿ ਮੈਂ ਪ੍ਰਧਾਨ ਹਾਂ ਜਾਂ ਮੈਂ ਸਕੱਤਰ ਹਾਂ ਜਾਂ ਮੈਂ ਸਟੇਟ ਸੈਕਟਰੀ ਹਾਂ, ਸਾਰੇ ਆਪਣੇ ਆਪ ਨੇ ਸੇਵਾ ਦਾ ਸਮਝਦੇ ਜੇ ਕਿ ਜੋ ਕਿ ਹਰ ਇੱਕ ਦੇਸ਼ ਦੇ ਵਿੱਚ ਇੱਥੋਂ ਤੱਕ ਕਿ ਇੰਡੀਆ ਦੇ ਵਿੱਚ ਵੀ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਆਪਣੇ ਆਪ ਨੂੰ ਸੇਵਾ ਦਾ ਸਮਝਣਾ ਚਾਹੀਦਾ। ਤੁਹਾਡਾ ਇਸ ਇੰਟਰਵਿਊ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।